ਕਿ ਪੰਜਾਬ ਦਾ ਵਸਿੰਦਾ ਰਾਜਸਥਾਨ 'ਚ ਜ਼ਮੀਨ ਨਹੀਂ ਖਰੀਦ ਸਕਦਾ, ਪੰਜਾਬ ਦਾ ਵਸਿੰਦਾ ਹਿਮਾਚਲ 'ਚ ਨਹੀਂ ਲੈ ਸਕਦਾ, J&K 'ਚ ਨਹੀਂ ਲੈ ਸਕਦਾ। ਸਾਰੇ ਵਿਧਾਨਕਾਰ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਵਿੱਚ ਵੀ ਕੋਈ ਬਿੱਲ ਪਾਸ ਕੀਤਾ ਜਾਵੇ ਕਿ ਜਿਹੜਾ ਸਟੇਟ ਸਾਨੂੰ ਜ਼ਮੀਨ ਨਹੀਂ ਖਰੀਦਣ ਦਿੰਦਾ ਅਤੇ ਅਸੀਂ ਉਹਨਾਂ ਲਈ ਰਾਹ ਖੁੱਲ੍ਹੇ ਰੱਖੇ ਹੋਏ। ਉਹ ਮੈਂ ਕਿ ਉਹਨਾਂ ਦਾ ਦੁਸ਼ਮਣ ਨਹੀਂ ਹਾਂ, ਪਰ ਫਿਰ ਪੰਜਾਬੀਆਂ ਨੂੰ ਨਾਲ ਇਸ ਤਰ੍ਹਾਂ ਵਿਤਕਰਾ ਕਿਉਂ ਹੁੰਦਾ? ਧੰਨਵਾਦ ਸਪੀਕਰ ਸਾਹਿਬ। 117 ਵਿਧਾਨ ਸਭਾ ਹਲਕੇ ਆ ਜਿਹੜੇ, ਸਮੱਸਿਆਵਾਂ ਸਾਰਿਆਂ ਦੀ ਇੱਕੋ ਜਿਹੀਆਂ। ਇੱਥੇ ਡਾਕਟਰਾਂ ਦੀਆਂ, ਮਾਸਟਰਾਂ ਦੀਆਂ, ਸੜਕਾਂ ਦੀਆਂ, ਉਹ ਸਾਰਾ ਇੱਕੋ ਜਿਹਾ। ਇੱਥੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਇੱਕ ਮਸਲਾ ਹੈ ਕਿ ਪੰਜਾਬ ਦਾ ਵਸਿੰਦਾ ਰਾਜਸਥਾਨ 'ਚ ਜ਼ਮੀਨ ਨਹੀਂ ਖਰੀਦ ਸਕਦਾ, ਪੰਜਾਬ ਦਾ ਵਸਿੰਦਾ ਹਿਮਾਚਲ 'ਚ ਨਹੀਂ ਲੈ ਸਕਦਾ, J&K 'ਚ ਨਹੀਂ ਲੈ ਸਕਦਾ। ਸਾਰੇ ਵਿਧਾਨਕਾਰ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਵਿੱਚ ਵੀ ਕੋਈ ਬਿੱਲ ਪਾਸ ਕੀਤਾ ਜਾਵੇ ਕਿ ਜਿਹੜਾ ਸਟੇਟ ਸਾਨੂੰ ਜ਼ਮੀਨ ਨਹੀਂ ਖਰੀਦਣ ਦਿੰਦਾ ਅਤੇ ਅਸੀਂ ਉਹਨਾਂ ਲਈ ਰਾਹ ਖੁੱਲ੍ਹੇ ਰੱਖੇ ਹੋਏ ਨੇ। ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਮੋਹਾਲੀ ਏਰੀਏ ਵਿੱਚ ਕਾਫੀ ਲੋਕਾਂ ਨੇ ਘਰ ਬਣਾਏ, ਉਹ ਮੈਂ ਕਿ ਉਹਨਾਂ ਦਾ ਦੁਸ਼ਮਣ ਨਹੀਂ ਹਾਂ, ਪਰ ਫਿਰ ਪੰਜਾਬੀਆਂ ਨੂੰ ਨਾਲ ਇਸ ਤਰ੍ਹਾਂ ਵਿਤਕਰਾ ਕਿਉਂ ਹੁੰਦਾ? ਇਹ ਇੱਕ ਸਪੀਕਰ ਸਾਹਿਬ ਤੁਸੀਂ ਪੁੱਛਿਆ ਸੀ ਕਿ ਜਿਹੜੀ ਪੋਸਟ ਵਾਲਾ ਕੰਮ ਕਦੋਂ ਬੰਦ ਹੋਇਆ ਸੀ। ਇਹ ਦੱਸਣਾ ਚਾਹੁੰਦਾ ਕਿ ਰਾਸ਼ਟਰਪਤੀ ਮਰਹੂਮ ਸਾਡੇ ਗਿਆਨੀ ਜੈਲ ਸਿੰਘ ਜੀ ਜਦੋਂ ਮੁੱਖ ਮੰਤਰੀ ਪੰਜਾਬ ਹੁੰਦੇ ਸੀ ਤਾਂ ਉਹਨਾਂ ਨੇ ਉਸ ਵੇਲੇ ਦੇ ਰਾਸ਼ਟਰਪਤੀ ਤੋਂ ਸਪੈਸ਼ਲ ਨੋਟੀਫਿਕੇਸ਼ਨ ਕਰਵਾਇਆ ਸੀ ਕਿ ਪੰਜਾਬ ਦੇ ਨੌਜਵਾਨ ਸਿੱਖ ਰੈਜੀਮੈਂਟ ਅਤੇ ਹੋਰ ਪਹਿਲਵਾਨੀ ਖੇਡਾਂ 'ਚ ਕਾਫੀ ਅੱਗੇ ਸੀ, ਤਾਂ ਉਹਨਾਂ ਨੇ ਬੇਨਤੀ ਕਰਕੇ ਬੰਦ ਕਰਵਾਇਆ ਸੀ। ਇੱਕ ਸਰ ਛੋਟਾ ਜਿਹਾ ਮੁੱਦਾ ਹੋਰ ਹੈ ਕਿ ਪਾਕਿਸਤਾਨ ਦੇ ਬਾਰਡਰ ਦੇ ਨਾਲ ਇਕੱਲਾ ਮੇਰਾ ਗੁਰੂ ਹਰ ਸਾਹਿਬ ਹਲਕਾ ਨਹੀਂ ਲੱਗਦਾ, J&K ਤੋਂ ਲੈ ਕੇ ਗੁਜਰਾਤ ਤੱਕ ਲੱਗਦਾ। ਜਿਹੜੇ ਬਾਰਡਰ 'ਤੇ ਲੋਕ ਰਹਿੰਦੇ ਆ ਉਹਨਾਂ ਦੀ ਬਹੁਤ ਵੱਡੀ ਸਮੱਸਿਆ ਕਿ ਜ਼ਮੀਨਾਂ ਕੱਚੀਆਂ ਕੀਤੀਆਂ ਗਈਆਂ, ਨਾ ਉਹਨਾਂ ਦਾ ਮੁਆਵਜ਼ਾ ਮਿਲਿਆ, ਨਾ ਉਹਨਾਂ 'ਤੇ ਲੋਨ ਲੈ ਸਕਦੇ ਹਾਂ। ਉੱਥੋਂ ਰਹਿੰਦੇ ਲੋਕਾਂ ਲਈ ਕੋਈ ਸਪੈਸ਼ਲ ਰਿਜ਼ਰਵੇਸ਼ਨ ਦਿੱਤੀ ਜਾਵੇ ਤਾਂ ਕਿ ਉੱਥੋਂ ਦੇ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ। ਜਦੋਂ ਕੋਈ ਕੰਪੀਟੀਸ਼ਨ ਹੁੰਦਾ ਤਾਂ ਮੈਟ ਵਿੱਚ ਨਹੀਂ ਆ ਸਕਦੇ, ਇਸ ਲਈ ਕੋਈ ਏਰੀਆ ਨਿਰਧਾਰਿਤ ਕਰਕੇ 4-5 ਕਿਲੋਮੀਟਰ ਦਾ ਜਿਨ੍ਹਾਂ ਦੇ ਲਈ ਸਪੈਸ਼ਲ ਰਿਜ਼ਰਵੇਸ਼ਨ ਦਿੱਤੀ ਜਾਵੇ ਤਾਂ ਕਿ ਉਹ ਵੀ ਆਪਣੇ ਆਪ ਨੂੰ ਮਾਣ ਮਹਿਸੂਸ ਕਰਨ ਕਿ ਅਸੀਂ ਭਾਰਤ ਦਾ ਹਿੱਸਾ ਹੈ।